के हम चुकंदों पर बैठे। ਮੈਂ ਰਣਜੀਤ ਮੱਟ, ਬਹੁਤ ਦਿਲੋਂ ਮਾਫ਼ੀ ਮੰਗਦਾ, ਬਹੁਤ ਵੱਡੀ ਭੁੱਲ ਹੋ ਗਈ ਮੇਥੋਂ ਜੀ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਫ਼ੀ ਮੰਗਦਾ, ਮੈਂ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਤੋਂ ਮਾਫ਼ੀ ਮੰਗਦਾ, ਮੇਥੋਂ ਦੀ ਕਲੀ ਕਲੀਟ ਤੋਂ ਮਾਫ਼ੀ ਮੰਗਦਾ, ਮੈਂ ਬਾਬਾ ਜੀ ਅਮਰਜੀਤ ਸਿੰਘ ਜੀ ਦਮਦਮ ਟਕਸਾਲ ਵਾਲਾ ਤੋਂ ਮਾਫ਼ੀ ਮੰਗਦਾ, ਖਾਲਸਾ ਪੰਥ ਕੋਲੋਂ, ਪੂਰੇ ਸਮੁੱਚੀ ਕੌਮ ਤੋਂ, ਕੰਨ ਫੜ ਕੇ ਦੋ ਤਿੰਨ ਕੰਨ ਫੜ ਕੇ ਹੱਥ ਜੋੜ ਕੇ ਚੁੱਕਦੋਂ ਪਰ ਬੈਠੇ। ਬਾਬਾ ਗੁਰਦੇਵ ਸਿੰਘ ਜੀ ਖਰਿਆੜ ਵਾਲੇ, ਬਾਬਾ ਸ਼ੇਰ ਸਿੰਘ ਜੀ ਅਨੰਦਸਰ ਸੁਨਾਮ ਵਾਲੇ, ਮੈਂ ਸਾਰਿਆਂ ਤੋਂ ਸਾਰੀ ਪੰਥ ਤੋਂ ਬੁਲਾ ਗਿਆ, ਖਾਲਸਾ ਪੰਥ ਹੋ ਗਿਆ, ਮੋਹਨਜੀਤ ਹੋ ਗਿਆ, ਮੈਨੂੰ ਮਾਫ਼ ਕਰਿਓ ਤੁਸੀਂ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ। ਅਸੀਂ ਸੰਗਤ ਦਾ ਬੇਨਤੀ ਕਰਨਾ ਚਾਹੁੰਦੇ ਹਾਂ, ਜੋ ਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਕੁਛ ਗਲਤ ਪਾਇਆ ਸੀ, ਕੱਲ੍ਹ ਜਥਾ ਸੰਗਤ ਇਹਦੇ ਕੋਲ ਘਰੇ ਪਹੁੰਚੇ ਸੀ, ਇਹ ਘਰ ਨਹੀਂ ਮਿਲਿਆ, ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀਆਂ ਨੇ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ 'ਤੇ ਆਵਾਂਗੇ। ਅੱਜ ਗੁਰਦੁਆਰਾ ਪਾਸੇ ਨੌਵੀਂ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਕਣਕ ਵਾਲ ਭੰਗੂਆਂ, ਇਹ ਇੱਥੇ ਪਰਿਵਾਰ ਸਮੇਤ ਅਤੇ ਸੰਗਤ ਨੂੰ ਲੈ ਕਰਕੇ ਪਹੁੰਚਿਆ ਸੀ। ਖਾਲਸਾ ਪੰਥ ਕੋਲ ਮਾਫ਼ੀ ਮੰਗਦਾ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫ਼ੀ ਮੰਗੀ ਹੈ, ਨੱਕ ਰਗੜ ਕਰਕੇ, ਕੰਨ ਖੜ ਕਰਕੇ, ਅੱਗੇ ਤੋਂ ਆਉਣ ਵਾਲੇ ਭਵਿੱਖ ਦੇ ਵੀ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਗਲਤੀ ਨਹੀਂ ਕਰੇਗਾ, ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ। ਸਾਰਾ ਖਾਲਸਾ ਪੰਥ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਹਾਨੂੰ ਬਾਬਾ ਜੀ ਨੇ ਦੱਸੀ ਆ ਵੀ ਬਾਈ ਹਨਾ, ਇਹਨੇ ਮਾਫ਼ੀ ਆਪਦੀ ਮੰਗੀ ਆ, ਖਾਲਸਾ ਪੰਥ ਤੋਂ ਮੰਗੀ ਆ, ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਟ ਨੇ, ਤੇ ਇਦੂ ਬਾਅਦ ਇਹਨੇ ਜ਼ਿੰਮੇਵਾਰੀ ਲਿੱਤੀ ਆ ਵੀ ਮੈਂ ਕੋਈ ਗਲਤੀ ਨਹੀਂ ਕਰਦਾ। ਤੇ ਅਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਜਾਂ ਇੱਕ ਫੇਕ ਕੋਈ ਫੋਟੋ ਫੁਟੋ ਨਾ ਪਾਇਓ। ਇਹ ਜਦੋਂ ਖਾਲਸੇ ਗੁਰੂ ਗ੍ਰੰਥ ਸਾਹਿਬ ਲਈ ਨਮਸਤਕ ਹੋ ਗਿਆ, ਇਹਦੇ ਨੂੰ ਵੱਡੀ ਕੋਈ ਜਗ੍ਹਾ ਨਹੀਂ ਹਨਾ। ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ। ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਫ਼ੀ ਨਾਲ ਉੱਪਰ ਕੁਛ ਹੈ ਨਹੀਂ ਗਾ, ਤੇ ਇੰਨੀ ਬੇਨਤੀ ਕਰਦਾ ਹੋਇਆ ਵਾਹਿਗੁਰੂ ਜੀ ਇੱਕ ਦਸਵੇਂ ਪਾਤਸ਼ਾਹ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ ਜਾਂ ਉਹ ਵਰਤਾਰਾ ਨਾ ਵਰਤਦਾ, ਉਹ ਇਹਨੇ ਪਾਈ ਸੀ ਮੱਟ ਨੇ, ਉਹਦੀ ਇਹਨੇ ਮੁਆਫ਼ੀ ਮੰਗ ਲਈ ਆ। ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ, ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ, ਦਬਕਾਉਂਦੇ ਆ ਜਾਂ ਇਹਨੂੰ ਕੋਈ ਗਾਲ ਮੰਦਾ ਬੋਲਦਾ, ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ, ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫ਼ੀ ਮੰਗੀ ਆ, ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀ ਨਾ ਦਿੱਤੀ ਜਾਵੇ, ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ, ਵਿਵਾਦ ਖੜਾ ਨਾ ਹੋਵੇ। ਇਹਨੇ ਜੋ ਕੀਤਾ ਸੀ ਉਸਦੀ ਮੁਆਫ਼ੀ ਮੰਗ ਲਈ ਆ, ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ, ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ।